मेरा नाम राजांश पालिया जी। किस तरह की तुहाडे शरीर दी इस वेले सिचुएशन है ते की तुसीं जिहड़ी किताब लिखी उहदे बारे जी? मेरा शरीर 80% वर्क नहीं करता, सिर्फ 20% वर्क करता है ते और क्योंकि इस हालात विच होर कुछ तो करना बहुत मुश्किल सी, सो मेरा इस पासे फिर दिमाग काम किया कि हाँ आ काम हैगा है जिहदे विच मैं कुछ ना कुछ अचीवमेंट कर सकता है ते सो मैं फिर लिखण दा मैनूं पहलों भी शौक सी, सो उस शौक नूं ही ज़्यादा मैं प्रोफेशनली यूज़ किया तो मैं लिखण वाले पासे हो गया। सो लिखदा 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 फिर आपे निखार हुंदा गया ते अज जो आ महाराणी मां बुक आ ये भी उस दी देणी आ कि उस लिखत दी देणी आ कि जिहदे वल मैं बचपन तो ही तुरिया सी ते वो अज लिखत ही इन्ना मेरे काम आ रही आ कि मैनूं इस तरह उन्हें परमात्मा ने बख्शिया माण, ਉਹਦੀਆਂ ਵਡਿਆਈਆਂ ਦਿੱਤੀਆਂ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਮੈਂ ਸ਼ੁਕਰਾਨਾ ਕਰਦਾ ਹਾਂ। ਪਹਿਲਾ ਭਾਗ ਨਿਕਲਿਆ, ਕਿੰਨੀਆਂ ਕਿਤਾਬਾਂ ਛਪਦੀਆਂ? ਹਾਂਜੀ ਇਹਦਾ ਜੀ ਫਸਟ ਐਡੀਸ਼ਨ ਆ, 300 ਕਿਤਾਬ ਅਸੀਂ ਛਪਵਾਈ ਆ ਅਤੇ ਇਸ ਤੋਂ ਬਾਅਦ ਫਿਰ ਸੈਕਿੰਡ ਐਡੀਸ਼ਨ ਵੀ ਕਰਾਂਗੇ ਅਤੇ ਅੱਗੇ ਵੀ ਪਲੈਨਿੰਗ ਕਰ ਰਿਹਾ ਹੈ ਜੇ ਪਰਮਾਤਮਾ ਨੇ ਸਰੀਰ ਤੰਦਰੁਸਤ ਰੱਖਿਆ ਇੰਨਾ ਕੁ ਤਾਂ ਜ਼ਰੂਰ ਕੁਛ ਨਾ ਕੁਛ ਮੈਂ ਕਰਦਾ ਹੀ ਰਹੂੰਗਾ। ਜਿਹੜੇ ਲੋਕ ਹਿੰਮਤ ਹਾਰ ਜਾਂਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਹਾਂ ਬਿਲਕੁਲ ਜੀ, ਜ਼ਿੰਦਗੀ ਇੱਕ ਸੰਘਰਸ਼ ਆ, ਹਿੰਮਤ ਤਾਂ ਬਿਲਕੁਲ ਹਾਰਨੀ ਨਹੀਂ ਚਾਹੀਦੀ ਕਿਉਂਕਿ ਇਹ ਹਰ ਪਲ ਲੜਾਈ ਆ ਔਰ ਇਹ ਲੜਾਈ ਆਪਣੇ ਆਪ ਨਾਲ ਆ, ਸਾਨੂੰ ਆਪਣੇ ਆਪ ਨਾਲ ਲੜਨਾ ਪੈਣਾ ਹੈ ਨਾ ਕਿ ਕਿਸੇ ਦੂਜੇ ਨਾਲ। ਆਪਣੀਆਂ ਮੁਸੀਬਤਾਂ ਨੂੰ ਨਾ ਵੇਖੋ, ਆਪਣੇ ਦੁੱਖਾਂ ਤਕਲੀਫਾਂ ਨੂੰ ਨਾ ਦੇਖੋ, ਹਾਂ ਹੁੰਦਾ ਵਾ ਪਰ ਉਹਨਾਂ ਨੂੰ ਕਦੇ ਵੀ ਆਪਣੇ ਦਿਮਾਗ 'ਤੇ ਨਾ ਹਾਵੀ ਹੋਣ ਦਿਓ ਕਿਉਂਕਿ ਜੇ ਤੁਹਾਡੀ ਸੋਚ ਵਧੀਆ ਹੈ, ਜੇ ਤੁਹਾਡਾ ਦਿਮਾਗ ਪਾਵਰਫੁਲ ਤੁਸੀਂ ਰੱਖਦੇ ਹੋ ਤਾਂ ਫਿਰ ਆਈ ਥਿੰਕ ਦੁੱਖ ਅਤੇ ਤਕਲੀਫਾਂ ਅਤੇ ਮੁਸੀਬਤਾਂ ਤੁਹਾਨੂੰ ਬਹੁਤ ਹੀ ਦੇਰ ਡੱਕ ਨਹੀਂ ਸਕਦੀਆਂ ਕਿਉਂਕਿ ਜੇ ਮੈਂ ਇਹੋ ਜਿਹੇ ਹਾਲਾਤ ਦੇ ਬਾਵਜੂਦ ਵੀ ਕਰ ਸਕਦਾ ਹੈ ਤਾਂ ਜਿਹੜੇ ਚੰਗੇ ਭਲੇ ਆ ਨੌਜਵਾਨ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ 'ਤੇ ਕਿੰਨੀਆਂ ਆਪਾਂ ਗੱਲਾਂ ਬੇਕਾਰ ਜਿਹੀਆਂ ਪੜ੍ਹਦੇ ਸੁਣਦੇ ਹਾਂ ਅਤੇ ਵੇਖਦੇ ਹਾਂ ਕਿ ਕਿਸੇ ਨੇ ਇਸ ਤਰ੍ਹਾਂ ਕਰ ਲਿਆ, ਇਸ ਤਰ੍ਹਾਂ ਜ਼ਿੰਦਗੀ ਗਵਾ ਲਈ, ਕਿਸੇ ਦੇ ਪਿੱਛੇ ਜ਼ਿੰਦਗੀ ਗਵਾ ਲਈ, ਅਤੇ ਇਹ ਸਭ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜ਼ਿੰਦਗੀ ਨੂੰ ਸਾਰਥਕ ਹੋ ਕੇ ਜੀਣਾ ਚਾਹੀਦਾ, ਇਹ ਜੀਵਨ ਬਹੁਤ ਅਨਮੋਲ ਆ, ਇਹਨੂੰ ਚੰਗੀ ਤਰ੍ਹਾਂ ਸਾਰਥਕ ਹੋ ਕੇ ਜੀਓ ਜੀ। ਕੀ ਨਾਮ ਹੈ ਜੀ ਤੁਹਾਡਾ? ਮੈਂ ਰਾਜਾ ਹੰਸਪਾਲ ਦੀ ਮਦਰ ਹਾਂ, ਚਰਨਜੀਤ ਕੌਰ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਅੱਜ ਰਾਜਾ ਹੰਸਪਾਲ ਨੇ ਇਸ ਤਰ੍ਹਾਂ ਦੀ ਸਰੀਰ ਦੀ ਹਾਲਤ ਹੋਣ ਦੇ ਬਾਵਜੂਦ ਵੀ ਇੱਕ ਕਿਤਾਬ ਲਿਖਤੀ ਹੈ, ਕਿਸਾ ਦਾ ਗਰਵ ਮਹਿਸੂਸ ਹੋ ਰਿਹਾ? ਮਹਿਸੂਸ, ਮੈਨੂੰ ਫਕਰ ਮਹਿਸੂਸ ਹੋ ਰਿਹਾ ਕਿ ਮੇਰੇ ਬੇਟੇ ਨੇ ਇਹ ਕਿਤਾਬ ਲਿਖੀ ਹੈ, ਉਹ ਵੀ ਆਪਣੀ ਮਾਂ ਲੈ ਕੇ, ਉਹ ਆਪਣੀ ਮਾਂ ਨੂੰ ਕੁਛ ਦੇ ਸਕਿਆ ਅਤੇ ਕਿਤਾਬ ਦੇ ਰੂਪ 'ਚ ਦੇ ਸਕਿਆ ਕੁਛ। ਕਿੰਨੀ ਕੁ ਮੁਸ਼ਕਲ ਕੋਈ ਲੱਗਦੀ ਹੈ ਕਿ ਇਸ ਤਰੀਕੇ ਨਾਲ ਰਾਜਾ ਹੰਸਪਾਲ ਜੀ ਆਪਣੇ ਕੰਮ ਕੋਈ ਕਰ ਨਹੀਂ ਸਕਦੇ ਕੁਛ ਹੋਰ ਪਰ ਕਿਤਾਬ ਲਿਖਦੀ ਹੈ, ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ, ਕਿਸ ਕੀ ਕਹਿਣਾ ਚਾਹੁੰਦੇ? ਮਿਸਾਲ ਉਹਨੇ ਦੂਸਰੇ ਮੇਰੇ ਸਾਡੇ ਵਾਸਤੇ ਵੀ ਔਰ ਦੂਸਰੇ ਲੋਕਾਂ ਵਾਸਤੇ ਵੀ, ਆਪਣੇ ਯਾਰਾਂ ਮਿੱਤਰਾਂ ਵਾਸਤੇ ਜਾਂ ਹੋਰ ਜਿਹੜੇ ਨੌਜਵਾਨ ਹੈਗੇ ਉਹਨਾਂ ਵਾਸਤੇ ਕੀਤੀ ਹੈ ਕਿ ਉਹ ਵੀ ਆਪਣੇ ਮਾਂ ਬਾਪ ਦਾ ਸਹਾਰਾ ਬਣਨ, ਉਹ ਨਸ਼ੇ ਨਾ ਕਰਨ, ਉਹ ਮਤਲਬ ਕੰਮ ਕਰਨ, ਵਿਹਲੇ ਨਾ ਰਹਿਣ, ਆਪਣੇ ਮਾਂ ਪਿਓ ਦੀ ਸੇਵਾ ਕਰਨ। ਇਹ ਜੇ ਇਸ ਤਰ੍ਹਾਂ ਦਾ ਹੋ ਕੇ ਸਾਡੇ ਮਤਲਬ ਸੇਵਾ ਕਰ ਸਕਦਾ, ਸਾਡੇ ਲਈ ਕੁਛ ਕਰ ਸਕਦਾ, ਅਤੇ ਦੂਸਰੇ ਜਿਹੜੇ ਨੌਜਵਾਨ ਆ ਉਹ ਵੀ ਆਪਣੇ ਮਾਂ ਬਾਪ ਲਈ ਕੁਛ ਕਰ ਸਕਦੇ ਆ, ਉਹਨਾਂ ਨੂੰ ਮਤਲਬ ਉਚਾਈਆਂ 'ਤੇ ਪਹੁੰਚਾ ਸਕਦੇ ਆ ਆਪਣੇ ਮਾਂ ਬਾਪ ਨੂੰ। ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਸੀ? ਇਹਨੂੰ ਲਿਖਣ ਦਾ ਸ਼ੌਂਕ ਜੀ, ਇਹਨੂੰ ਗੀਤ ਗਾਉਣ ਦਾ ਸ਼ੌਂਕ ਸੀ, ਪਹਿਲਾਂ ਸਕੂਲ ਵਿੱਚ ਗੀਤ ਗਾਉਂਦਾ ਹੁੰਦਾ ਸੀ ਅਤੇ ਉਹ ਮੈਡਮਾਂ ਬਹੁਤ ਕਰਦੀਆਂ ਹੁੰਦੀਆਂ ਸੀ ਇਹਨੂੰ ਕਿ ਸੁਣਾ ਹਰ ਸ਼ਨੀਵਾਰ ਨੂੰ, ਸੁਣਾ ਹਰ ਸ਼ਨੀਵਾਰ ਨੂੰ, ਇਹਦਾ ਰੁਚੀ ਵੱਧਦੀ ਗਈ, ਫਿਰ ਇਹਨੇ ਇਹ ਗੀਤ ਲਿਖਣ ਲੱਗਾ, ਗੀਤ ਲਿਖਣ ਦਾ ਇਹਨੂੰ ਸ਼ੌਂਕ ਪੈਦਾ ਹੋਇਆ, ਫਿਰ ਇਹਨੇ ਇੱਕ ਗੀਤ ਲਿਖਿਆ, ਉਹ ਇਹਨੇ ਮਤਲਬ ਕੀਤਾ ਵੀ ਸਾਰਾ, ਮਤਲਬ ਗਾਇਆ ਵੀ ਕਿਸੇ ਲੜਕੇ ਨੇ ਅਤੇ ਗੀਤ ਲਿਖਦਾ ਲਿਖਦਾ ਫਿਰ ਇਹਨੂੰ ਇਹਦਾ ਇੱਕ ਫਰੈਂਡ ਸੀ ਇਕਬਾਲ ਸਿੰਘ ਪੱਟੀ, ਉਹਨੇ ਇਹਨੂੰ ਇਸ ਪਾਸੇ ਤੋਰਿਆ, ਉਹ ਕਹਾਣੀਆਂ ਸੁਣਾਉਂਦਾ ਹੁੰਦਾ ਸੀ, ਇਹ ਸੁਣਦਾ ਹੁੰਦਾ ਸੀ ਬੜੇ ਸ਼ੌਂਕ ਨਾਲ ਕਹਾਣੀਆਂ ਸੁਣਦਾ ਸੁਣਦਾ, ਫਿਰ ਇਹਦੇ ਅੰਦਰ ਵੀ ਚਾਅ ਹੋਇਆ ਕਿ ਮੈਂ ਕਹਾਣੀਆਂ ਲਿਖਾਂ ਪਰ ਇਹ ਲਿਖ ਨਹੀਂ ਸੀ ਸਕਦਾ, ਫਿਰ ਇਹਨੇ ਮੋਬਾਈਲ ਦੇ ਥਰੂ ਉਹ ਸਾਰਾ ਕੁਛ ਮਤਲਬ ਕਰਕੇ ਅਤੇ ਫਿਰ ਦਿੱਤਾ। ਹਾਂਜੀ ਇਹਨੇ ਮਿਹਨਤ ਦਿਨ ਰਾਤ ਦੋ ਦੋ ਚਾਰ ਚਾਰ ਲਾਈਨਾਂ ਲਿਖ ਕੇ ਲਿਖ ਕੇ ਫਿਰ ਉਹਨੇ ਪੂਰੀ ਕਿਤਾਬ ਕੀਤੀ ਇਹਨੇ ਮਤਲਬ। ਕੀ ਨਾਮ ਹੈ ਜੀ, ਕੀ ਲੱਗਦੇ ਆ? ਮੇਰਾ ਨਾਮ ਜਰਨੈਲ ਸਿੰਘ ਹੈ ਜੀ, ਇਹ ਮੇਰਾ ਲੜਕਾ ਆ, ਇਹ 1980 ਦੇ ਵਿੱਚ ਜਨਮ ਹੋਇਆ ਇਹਦਾ, ਅਤੇ ਬਾਅਦ 'ਚ ਫਿਰ ਡੇਢ ਸਾਲ ਦਾ ਹੋ ਗਿਆ ਸੀ, ਡੇਢ ਸਾਲ ਦਾ ਹੋ ਗਿਆ ਫਿਰ ਇਹਨੂੰ ਪੋਲੀਓ ਹੋ ਗਿਆ, ਉਹਦੇ ਕਰਕੇ ਫਿਰ ਅਸੀਂ ਕਈ ਜਗ੍ਹਾ ਵਿਖਾ ਲਿਆ, ਕੋਈ ਕੁਝ ਕਦੇ ਕਈ ਕੁਝ ਕਦੇ ਅਤੇ ਕੋਈ ਇੱਦਾਂ ਹੀ ਉਹ ਫਰਕਣਾ ਪਿਆ, ਫਿਰ ਸਕੂਲ ਵੀ ਜਾਣ ਲੱਗ ਪਿਆ ਸੀ, ਸਕੂਲ ਇਹਨੂੰ ਪਾ ਦਿੱਤਾ, ਛੋਟੇ ਭਰਾ ਦੇ ਨਾਲ ਚਲੇ ਜਾਣਾ ਇਹਨੇ,
ਕਦੇ ਤੁਰ ਕੇ ਵੀ ਚਲੇ ਜਾਂਦਾ ਸੀ ਉਦੋਂ ਪਹਿਲਾਂ ਤੁਰ ਲੈਂਦਾ ਇੱਥੋਂ ਲੰਘਾ ਕੇ ਤੁਰ ਲੈਂਦਾ ਸੀ ਅਤੇ ਮੁੜ ਕੇ ਫਿਰ ਅਸੀਂ ਦਰਬਾਰ ਸਾਹਿਬ ਜਾਣਾ ਇਹਨੂੰ ਨਾਲ ਲੈ ਜਾਣਾ ਅਤੇ ਪਰਿਕਰਮਾ ਵੀ ਇਹਨੇ ਤੁਰ ਕੇ ਕਰਨੀਆਂ ਆਪੇ ਹੀ ਅਸੀਂ ਤੁਰੇ ਜਾਣਾ ਮਗਰ ਮਗਰ ਇਹਨੇ ਅੱਗੇ ਅੱਗੇ ਭੱਜੇ ਜਾਣਾ ਅਤੇ ਨਾਲ ਨਾਲ ਜਦੋਂ ਅਸੀਂ ਗਿਆ ਲਾਗੇ ਲਾ ਜਾਣਾ ਫਿਰ ਇਹ ਗਾਂਹ ਤੁਰ ਪੈਣਾ ਫਿਰ ਅੱਠਵੀਂ ਦੇ ਵਿੱਚ ਸੀ ਅਤੇ ਸਾਈਕਲ ਤੋਂ ਡਿੱਗ ਪਿਆ ਅਤੇ ਗੋਡਾ ਇਹਦਾ ਗੋਡਾ ਖਰਾਬ ਹੋ ਗਿਆ ਇਹਦਾ ਉਦੋਂ ਬਾਅਦਾ ਫਿਰ ਇਹਦੇ ਕੋਲ ਤੁਰਿਆ ਨਹੀਂ ਗਿਆ ਫਿਰ ਸਾਨੂੰ ਕਿਸੇ ਨੇ ਕਿਹਾ ਵੀ ਵਿਸ਼ਾਖਾਪਟਨਮ ਲੈ ਜਾਓ ਇਹਨਾਂ ਨੂੰ ਉੱਥੇ ਖੜਿਆ ਉੱਥੇ ਇਹਨਾਂ ਇਲਾਜ ਕਰਾਇਆ ਮਹੀਨਾ ਡੇਢ ਮਹੀਨਾ ਉੱਥੇ ਰਹੇ ਅਸੀਂ ਮੁੜ ਕੇ ਆਣ ਕੇ ਫਿਰ ਇੱਥੇ ਵੀ ਆਣ ਕੇ ਇਲਾਜ ਕਰਾਇਆ ਦੁਬਾਰਾ ਫਿਰ ਗਏ ਫਿਰ ਥੋੜ੍ਹਾ ਤੁਰਨ ਲੱਗ ਪਿਆ ਮਾੜਾ ਮਾੜਾ ਪਰ ਫਿਰ ਹੀਰ ਦੀ ਹੱਡੀ ਜਿਹੜੀ ਉਹ ਬਹੁਤ ਜ਼ਿਆਦਾ ਵਿੰਗੀ ਹੋ ਚੁੱਕੀ ਸੀ ਉਹਦੇ ਕਰਕੇ ਫਿਰ ਬਾਅਦ 'ਚ ਇਹਦੇ ਕੋਲ ਤੁਰਿਆ ਨਹੀਂ ਗਿਆ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਤਾਬ ਲਿਖਤੀ ਕਿਤਾਬ ਉਹਨਾਂ ਨੇ ਆਪਣੇ ਬਹੁਤ ਮਿਹਨਤ ਕਰਕੇ ਲਿਖੀ ਆ ਜਾ ਰਹੇ ਨੇ ਰਾਤ ਦਿਨ ਮਿਹਨਤ ਕਰਦਾ ਰਿਹਾ ਵਾ ਬਹੁਤ ਜ਼ਿਆਦਾ ਮਿਹਨਤ ਕਰਕੇ ਅਤੇ ਫਿਰ ਇਹਨੇ ਲਿਖੀ ਆ ਉੱਦਾਂ ਇਹਦਾ ਸਰੀਰ ਬਿਲਕੁਲ ਕੰਮ ਨਹੀਂ ਕਰਦਾ ਨਾ ਹੀ ਉੱਠ ਸਕਦਾ ਵਾ ਨਾ ਬਹਿ ਸਕਦਾ ਵਾ ਆਪ ਹੀ ਇਹਨੂੰ ਠਲਣਾ ਪੈਂਦਾ ਆਪ ਹੀ ਲੰਮੇ ਪਾਉਣਾ ਪੈਂਦਾ ਇਸ ਕਰਕੇ ਹੁਣ ਇਹਨੇ ਕਿਤਾਬ ਜਿਹੜੀ ਆਪਣੀ ਮਿਹਨਤ ਨਾਲ ਲਿਖਣ ਦਿਆ